ਦੱਲੇਵਾਲ ਸਾਹਿਬ ਜਿੱਥੇ ਪੰਜਾਬ ਦੇ ਵਿੱਚ ਮਾਹੌਲ ਜਿਹੜਾ ਆ ਉਹ ਬਹੁਤ ਜ਼ਿਆਦਾ ਇਲੈਕਸ਼ਨ ਨੂੰ ਲੈ ਕੇ ਅਤੇ ਨਰਿੰਦਰ ਮੋਦੀ ਜੀ ਦੀ ਫੇਰੀ ਨੂੰ ਲੈ ਕੇ ਬੜਾ ਗਰਮਾਇਆ ਹੋਇਆ ਆ। ਸੋ जी ਤੁਸੀਂ ਬਾਹਰ ਵਿਦੇਸ਼ਾਂ ਦੇ ਵਿੱਚ ਰਹਿੰਦੇ ਹੋ ਅਤੇ ਤੁਸੀਂ ਜਿੱਥੇ ਪੰਜਾਬ ਦੇ ਵਿੱਚ ਬੜੀਆਂ ਤਿੱਖੀਆਂ ਨਜ਼ਰਾਂ ਦੇ ਨਾਲ ਤੁਸੀਂ ਪੰਜਾਬ ਦੀ ਰਾਜਨੀਤੀ ਨੂੰ ਵੇਖਦੇ ਹੋ ਕਿ ਪੰਜਾਬ ਦੇ ਵਿੱਚ ਕਿਸ ਤਰੀਕੇ ਨਾਲ ਰਾਜਨੀਤੀ ਚੱਲ ਰਹੀ ਹੈ, ਸਿੱਖ ਸਿਆਸਤ ਦੇ ਨਾਲ ਜੁੜੇ ਹੋ। ਸੋ ਮੈਂ ਇੱਥੇ ਆਪ ਜੀ ਤੋਂ ਇਹ ਪੁੱਛਣਾ ਚਾਹੁੰਦਾ ਕਿ ਜਿਹੜੀ ਨਰਿੰਦਰ ਮੋਦੀ ਜੀ ਦੀ ਪ੍ਰਧਾਨ ਮੰਤਰੀ ਦੀ ਪੰਜਾਬ ਫੇਰੀ ਪਿਛਲੇ ਦਿਨੀ ਹੋਈ ਹੈ, ਉਹਨੂੰ ਤੁਸੀਂ ਕਿਸ ਤਰ੍ਹਾਂ ਵੇਖ ਰਹੇ ਹੋ? ਉਹਨੂੰ ਤੁਸੀਂ ਕਿਸ ਤਰ੍ਹਾਂ ਵੇਖ ਰਹੇ ਹੋ? ਦੇਖੋ ਭਾਈ ਸੁਰਿੰਦਰਪਾਲ ਸਿੰਘ ਜੀ, ਜਦੋਂ ਵੀ ਇਲੈਕਸ਼ਨਾਂ ਆਉਂਦੀਆਂ ਹੁੰਦੀਆਂ ਨਾ, ਸਟੇਟਾਂ ਦੀਆਂ ਹੋਣ ਚਾਹੇ ਸੈਂਟਰ ਦੀਆਂ ਹੋਣ ਭਾਰਤ ਦੇ ਵਿੱਚ, ਜੀ, ਉਦੋਂ ਹਰੇਕ ਸਿਆਸੀ ਪਾਰਟੀ ਆਪਣੇ ਹੱਥ ਕੰਡੇ ਵਰਤਦੀ ਹੁੰਦੀ ਹੈ ਕਿਸੇ ਤਰ੍ਹਾਂ ਵੋਟਾਂ ਵੋਟਰਾਂ ਨੂੰ ਭਰਮਾਇਆ ਜਾ ਸਕੇ। ਜੀ ਸੋ ਵੋਟਰਾਂ ਨੂੰ ਭਰਮਾਉਣ ਦਾ ਹੀ ਇੱਕ ਪਾਠ ਸੀਗਾ ਜੋ ਨਰਿੰਦਰ ਮੋਦੀ ਦਾ ਇੱਥੇ ਪੰਜਾਬ ਵਿੱਚ ਆਉਣਾ, ਜੀ ਔਰ ਲੋਕਾਂ ਨੂੰ ਇਹ ਭਰਮ ਛੱਡ ਗਿਆ ਕਿ ਮੈਂ ਕੋਈ ਐਲਾਨ ਕਰਨੇ ਸੀ ਜੀ ਪਰ ਉਹ ਕਰ ਨਹੀਂ ਸਕਿਆ, ਜੋ ਕਿ ਬਿਲਕੁਲ ਬਕਵਾਸ ਆ, ਬਿਲਕੁਲ ਝੂਠਿਆ। ਬਿਲਕੁਲ ਪਹਿਲੀ ਤਾਂ ਗੱਲ ਆ ਕਿ ਉੱਥੇ ਲੋਕੀ ਉਹਨੂੰ ਸੁਣਨ ਵਾਸਤੇ ਪਹੁੰਚੇ ਹੀ ਨਹੀਂ, ਜੀ ਕਿ 70-80 ਹਜ਼ਾਰ ਦੇ ਜਾਂ ਕੁਰਸੀਆਂ ਸੀ ਗਿਣਤੀ ਦੇ ਵਿੱਚ, ਜੀ ਤੇ ਬੰਦੇ ਤਾਂ ਉੱਥੇ ਪਹੁੰਚੇ 500-600। ਸੋ ਬਿਲਕੁਲ ਆਪਣੀਆਂ ਨੇ ਬੇਇੱਜ਼ਤੀ ਉਹ ਵੀ ਮਹਿਸੂਸ ਕੀਤੀ ਆ, ਤੇ ਦੂਸਰਾ ਮੌਸਮ ਦੀ ਖਰਾਬੀ ਦਾ ਬਹਾਨਾ ਵੀ ਬਣ ਗਿਆ, ਤੇ ਕੁਦਰਤ ਨੂੰ ਨਹੀਂ ਸੀ ਮਨਜ਼ੂਰ ਕਿ ਇਹ ਪੰਜਾਬ ਦੀ ਧਰਤੀ ਤੇ ਆ ਕੇ ਸੰਬੋਧਿਤ ਕਰਦਾ ਕਿਸੇ ਨੂੰ। ਸੋ ਇਸ ਨੇ ਉਹ ਬਹਾਨਿਆਂ ਇਹ ਬਣਾ ਲਿਆ ਗਿਆ ਕਿ ਇਹਦੀ ਸਿਕਿਉਰਟੀ ਨੂੰ ਖਤਰਾ ਸੀ, ਜੀ ਜਦ ਕਿ ਬਿਲਕੁਲ ਇਹ ਝੂਠ ਔਰ ਬਕਵਾਸ ਆ। ਇਹਦੀ ਪ੍ਰਤੱਖ ਮਿਸਾਲ ਆਪਾਂ ਵੇਖ ਸਕਦੇ ਆ ਜੀ ਕਿ ਕਿਸੇ ਸਮੇਂ ਭਾਰਤ ਦਾ ਤਤਕਾਲੀ ਪ੍ਰਧਾਨ ਮੰਤਰੀ ਸੀਗਾ ਮਨਮੋਹਨ ਸਿੰਘ, ਬਿਲਕੁਲ ਉਹ ਗੁਜਰਾਤ ਦੇ ਵਿੱਚ ਗਿਆ ਸੀ ਤੇ ਇਹ ਗੁਜਰਾਤ ਦਾ ਨਰਿੰਦਰ ਮੋਦੀ ਉਦੋਂ ਸ਼ਾਇਦ ਮੁੱਖ ਮੰਤਰੀ ਸੀਗਾ, ਬਿਲਕੁਲ ਬਿਲਕੁਲ ਉਸ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤੇ ਜੁੱਤੀ ਮਾਰੀ ਸੀ ਕਿਸੇ ਨੇ ਉਹਦੇ, ਤੇ ਉਸ ਵੇਲੇ ਉਹਦੀ ਸਿਕਿਉਰਟੀ ਨੂੰ ਖਤਰਾ ਨਹੀਂ ਸੀਗਾ, ਉਹਦਾ ਜ਼ਿੰਮੇਵਾਰ ਇਹ ਨਹੀਂ ਸੀਗਾ ਬਿਲਕੁਲ ਨਰਿੰਦਰ ਬਿਲਕੁਲ ਮੋਦੀ। ਹਾਂਜੀ ਬਿਲਕੁਲ ਜੀ ਬਿਲਕੁਲ ਇਸੇ ਤਰ੍ਹਾਂ ਜੇ ਆਪਾਂ ਹੋਰ ਪਿੱਛੇ 4 ਦਹਾਕੇ ਪਿੱਛੇ ਚਲੇ ਜਾਈਏ, ਜੀ ਪੰਜਾਬ ਦਾ ਮੁੱਖ ਮੰਤਰੀ ਜਕਰੀਆ ਦਰਬਾਰਾ ਬਿਲਕੁਲ ਜਿਸ ਤੇ ਉੱਪਰ ਹਮਲਾ ਕੀਤਾ ਗਿਆ ਸਟੇਜ ਤੇ, ਜਿਹੜਾ ਕਿ ਸੈਂਕੜੇ ਸਿੱਖਾਂ ਦਾ ਕਾਤਲ ਸੀ, ਉਸ ਬੱਲੇ ਜਿਹਨੇ ਬਹੁਤ ਜ਼ਿਆਦਾ ਜ਼ੁਲਮ ਕੀਤੇ ਸੀ ਸਿੱਖ ਬੀਬੀਆਂ ਤੇ, ਔਰ ਇਸੇ ਕਰਕੇ ਹੀ ਉਸ ਨੂੰ ਜਕਰੀਏ ਦਾ ਖਿਤਾਬ ਦਿੱਤਾ ਗਿਆ ਸੀ ਮੰਜੀ ਸਾਹਿਬ ਦੀਵਾਨ ਹਾਲ ਦੀ ਸਟੇਜ ਤੋਂ। ਉਸ ਵੇਲੇ ਦੀ ਅਕਾਲੀ ਲੀਡਰਸ਼ਿਪ ਅਤੇ 20ਵੀਂ ਸਦੀ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਦੀ ਖਾਲਸਾ ਭਿੰਡਰਾਂ ਵਾਲਿਆਂ ਵੱਲੋਂ, ਸੋ ਉਸ ਦੀ ਪੱਗ ਲਾ ਦਿੱਤੀ ਗਈ ਸੀ, ਲਾਹੌਰ ਦੇ ਵਿੱਚ ਉਸ ਤੇ ਹਮਲਾ ਹੋਇਆ ਸੀਗਾ, ਪਰ ਉਸ ਵੇਲੇ ਕੋਈ ਵੀ ਇਹੋ ਜਿਹੀ ਗੱਲ ਨਹੀਂ ਸੀ ਹੋਈ ਕਿ ਇਹਨੂੰ ਇੱਕ ਧਿਰ ਦੇ ਨਾਲ ਜੋੜਿਆ ਜਾ ਸਕੇ ਜਿਸ ਤਰ੍ਹਾਂ ਹੁਣ ਜੋੜਿਆ ਜਾ ਰਿਹਾ, ਕਿਉਂਕਿ ਇਹ ਜੋ ਹੋਇਆ ਆ ਇਹ ਇਹਨਾਂ ਬਹਾਨਾ ਬਣਾਇਆ, ਔਰ ਜਿਹੜੇ ਲੋਕ ਅੱਜ ਰਾਸ਼ਟਰਪਤੀ ਰਾਜ ਦੀ ਮੰਗ ਕਰ ਰਹੇ ਹਨ, ਬਿਲਕੁਲ ਚਾਹੇ ਉਹ ਸਿੱਖੀ ਸਰੂਪ ਆ ਅੱਛਿਆ ਬੰਦੇ ਤੇ ਚਾਹੇ ਹੈਗੇ ਗੈਰ ਸਿੱਖੀ ਸਰੂਪ ਵਾਲੇ, ਬਿਲਕੁਲ ਉਹਨਾਂ ਨੂੰ ਪਹਿਲਾਂ ਰਾਸ਼ਟਰਪਤੀ ਰਾਜ ਦੀ ਜਿਹੜੀ ਪਰਿਭਾਸ਼ਾ ਆ ਜੀ ਉਹ ਚੰਗੀ ਤਰ੍ਹਾਂ ਪੜ੍ਹ ਲੈਣੀ ਚਾਹੀਦੀ ਕਿ ਉਹ ਹੈ ਕੀ, ਬਿਲਕੁਲ ਕਿਉਂਕਿ ਉਸ ਰਾਸ਼ਟਰਪਤੀ ਰਾਜ ਨੂੰ ਪੰਜਾਬ ਨੇ ਬਹੁਤ ਸਾਲ ਹੰਡਾਇਆ, ਜੀ ਸੋ ਉਹਦੇ ਵਿੱਚ ਕਿੰਨੀਆਂ ਪਾਵਰਾਂ ਹੁੰਦੀਆਂ ਸਿਕਿਉਰਿਟੀ ਫੋਰਸਾਂ ਨੂੰ, ਜੇ ਉਹ ਚੰਗੀ ਤਰ੍ਹਾਂ ਪਹਿਲਾਂ ਉਹਦੇ ਵਾਸਤੇ ਜਾਣ ਹੋ ਜਾਣ ਤੇ ਫਿਰ ਉਸ ਰਾਸ਼ਟਰਪਤੀ ਰਾਜ ਦੀ ਮੰਗ ਕਰਨ। ਪਰ ਦੂਸਰੀ ਗੱਲ ਇਹਦੀ ਇਹ ਵੀ ਹੈਗੀ ਕਿ ਚਾਹੇ ਉੱਥੇ ਰਾਸ਼ਟਰਪਤੀ ਰਾਜ ਹੋਵੇ ਚਾਹੇ ਸਰਕਾਰਾਂ ਹੋਣ, ਬਿਲਕੁਲ, ਪਰ ਉਹਨਾਂ ਦਾ ਜਿਹੜਾ ਸਿੱਖਾਂ ਪ੍ਰਤੀ ਜਿਹੜਾ ਵਿਵਹਾਰ ਆ ਉਹ ਹਮੇਸ਼ਾ ਹੀ ਜ਼ਾਲਮਾਨਾ ਰਿਹਾ ਤੇ ਜ਼ਾਲਮਾਨਾ ਹੀ ਰਹਿਣਾ, ਕਿਉਂਕਿ ਭਾਰਤ ਵਿੱਚ ਸਿੱਖ ਗੁਲਾਮ ਆ, ਜਿੰਨਾ ਚਿਰ ਗੁਲਾਮੀ ਤੋਂ ਛੁਟਕਾਰਾ ਨਹੀਂ ਹੁੰਦਾ। ਸੋ ਉਹਨਾਂ ਨੂੰ ਕਦੀ ਵੀ ਸੁੱਖ ਦਾ ਸਾਹ ਨਹੀਂ ਆਉਣਾ, ਧਾਰਮਿਕ ਤੌਰ ਤੇ, ਆਰਥਿਕ ਤੌਰ ਤੇ, ਸਮਾਜਿਕ ਤੌਰ ਤੇ, ਰਾਜਨੀਤਿਕ ਤੌਰ ਤੇ ਹਮੇਸ਼ਾ ਉਹਨਾਂ ਨੂੰ ਦੁਸ਼ਵਾਸ਼ਰੀਆਂ ਦਾ ਸਾਹਮਣਾ ਕਰਨਾ ਪਿਆ ਔਰ ਅਗਾਹ ਵੀ ਪੈਣਾ ਆ। ਸੋ ਇਸ ਕਰਕੇ ਸਾਰੀਆਂ ਸਮੱਸਿਆਵਾਂ ਦਾ ਜੇ ਇੱਕ ਆਪਾਂ ਆਖਰੀ ਹੱਲ ਲੱਭੀ ਹੈ ਨਾ, ਜੀ ਜੀ, ਉਹ ਹੱਲ ਤੇ ਹੈਗਾ ਖਾਲਿਸਤਾਨ। ਬਿਲਕੁਲ, ਸੋ ਖਾਲਿਸਤਾਨ ਵਾਸਤੇ ਹਰੇਕ ਸਿੱਖ ਨੂੰ ਯਤਨ ਕਰਨ ਦੀ ਲੋੜ ਆ, ਜਿੱਦਾਂ ਵੀ ਕੋਈ ਚਾਹੁੰਦਾ ਆ ਉਹ ਆਪਣੇ ਤਰੀਕੇ ਦੇ ਨਾਲ ਉਸ ਪ੍ਰਤੀ ਯੋਗਦਾਨ ਪਾਵੇ। ਸੋ ਇਸ ਕਰਕੇ ਇਹ ਜੇ ਕਿਹਾ ਜਾਂਦਾ ਭਈ ਜੇ ਨਰਿੰਦਰ ਮੋਦੀ ਉੱਥੇ ਸੰਬੋਧਿਤ ਕਰ ਦਿੰਦਾ ਰੈਲੀ ਨੂੰ, ਜੀ ਜੀ, ਤੇ ਉਹਨੇ ਐਲਾਨ ਕਰ ਦੇਣੀ ਸੀ, ਉਹਨੇ ਐਲਾਨ ਕਰ ਦੇਣੇ ਸੀ ਪੰਜਾਬ ਵਾਸਤੇ ਕੁਝ ਪੈਕੇਜ ਦੇਣੇ ਸੀ। ਬਿਲਕੁਲ, ਪੈਕੇਜ ਤਾਂ ਉਹ ਵਾਪਸ ਆ। ਮੈਂ ਡੱਲੇਵਾਲ ਸਾਹਿਬ ਤੁਹਾਡੀ ਗੱਲ ਨੂੰ ਥੋੜ੍ਹਾ ਜਿਹਾ ਰੋਕਣਾ ਚਾਹੁੰਦਾ ਹਾਂ, ਥੋੜ੍ਹਾ ਜਿਹਾ ਰੋਕਣਾ ਚਾਹੁੰਦਾ। ਮੈਂ ਆਪਣੇ ਸਰੋਤਿਆਂ ਨੂੰ ਇਹ ਵੀ ਗੱਲ ਇੱਕ ਦੱਸਣੀ ਚਾਹੁੰਦਾ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ ਜੇ ਨਰਿੰਦਰ ਮੋਦੀ ਜੀ ਉੱਥੇ ਆ ਕੇ ਬੋਲਦੇ ਤੇ ਕੁਛ ਉਹਨਾਂ ਨੇ ਪੰਜਾਬ ਨੂੰ ਦੇ ਕੇ ਜਾਣਾ ਸੀ। ਉਹਦੇ ਲਈ ਮੈਂ ਥੋੜ੍ਹਾ ਜਿਹਾ ਪਿੱਛੇ ਜਾਣਾ ਚਾਹੁੰਦਾ ਕਿ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਜੀ ਬਣੇ ਆ
ਤੇ ਉਹਨਾਂ ਨੇ ਵੀ ਪੰਜਾਬ ਦੇ ਕਰਜ਼ਿਆਂ ਦੀ ਮਾਫੀ ਦੀ ਗੱਲ ਕੀਤੀ ਸੀਗੀ ਕਿ ਮੈਂ ਪੰਜਾਬ ਦੇ ਕਰਜ਼ੇ ਜਿਹੜੇ ਆ ਉਹਨਾਂ ਸਾਰਿਆਂ ਦੇ ਉੱਤੇ ਲੀਕ ਮਾਰ ਦਿੱਤੀ ਆ, ਉਹ ਪੰਜਾਬ ਨੂੰ ਬਹੁਤ ਕੁਛ ਦਿੱਤਾ ਆ ਤੇ ਸਾਨੂੰ ਅਜੇ ਤੱਕ ਨਹੀਂ ਲੱਭ ਰਿਹਾ ਕਿ ਉਹ ਪੰਜਾਬ ਦੇ ਕਰਜ਼ਿਆਂ ਉੱਤੇ ਕਿਤੇ ਵੀ ਲੀਕ ਜਿਹੜੀ ਆ ਉਹ ਨਹੀਂ ਵੱਜੀ। ਪਰ ਉਹ ਆਪਣੇ ਪੁੱਤਰ ਨੂੰ ਜ਼ਰੂਰ ਮੈਂਬਰ ਪਾਰਲੀਮੈਂਟ ਬਣਾ ਗਏ ਨੇ, ਆਪਣੇ ਪਤਨੀ ਦੇ ਨਾਂ ਦੇ ਉੱਤੇ ਇੱਥੇ ਵੱਡੀਆਂ ਯੂਨੀਵਰਸਿਟੀਆਂ ਵਗੈਰਾ ਜਿਹੜੀਆਂ ਉਹ ਸਥਾਪਿਤ ਕਰ ਗਏ ਨੇ। ਪਰ ਕੀ ਲੋਕਾਂ ਨੂੰ ਇਸ ਗੱਲ ਦਾ, ਅਜੇ ਵੀ ਪੰਜਾਬ ਦੇ ਲੋਕਾਂ ਨੂੰ ਇਸ ਤਰ੍ਹਾਂ ਦਾ ਲੱਗ ਰਿਹਾ ਸੀਗਾ ਕਿ ਜੇ ਨਰਿੰਦਰ ਮੋਦੀ ਜੀ ਪੰਜਾਬ ਦੇ ਵਿੱਚ ਆ ਕੇ ਕੋਈ ਗੱਲ ਕੋਈ ਅਨਾਊਂਸਮੈਂਟ ਕਰਦੇ ਆ ਤਾਂ ਉਹ ਪੰਜਾਬ ਦੇ ਹੱਕ ਦੇ ਵਿੱਚ ਹੋ ਜਾਏਗੀ। ਪਹਿਲੀ ਤਾਂ ਗੱਲ, ਜੇ ਉਹਨਾਂ ਤੋਂ ਅਨਾਊਂਸਮੈਂਟ ਕਰਨੀ ਸੀ ਜਾਂ ਉਹਦੇ ਵਿੱਚ ਉਹਦੇ ਕੋਲ ਕੋਈ ਪੈਕੇਜ ਸੀ, ਜੀ ਉਹ ਤਾਂ ਉਹ ਉੱਥੋਂ ਦਿੱਲੀ ਤੋਂ ਵੀ ਅਨਾਊਂਸ ਕਰ ਸਕਦਾ ਸੀ। ਹੁਣ ਬਿਲਕੁਲ ਜਿਸ ਤਰ੍ਹਾਂ ਉਹਦੀ ਬੇਇੱਜ਼ਤੀ ਹੋਈ ਆ, ਬਿਲਕੁਲ ਉਹਨੂੰ ਮਤਲਬ ਉਹਦੀ ਰੈਲੀ ਹੋਈ ਆ ਫਲਾਪ ਹੋ ਗਈ ਆ, ਜੀ ਜੇ ਉਹ ਫੇਰ ਵੀ ਉਹਦੇ ਕੋਲ ਪੈ ਗਏ ਸੀਗਾ ਉਹ ਤਾਂ ਜਾ ਕੇ ਜੇ ਐਲਾਨ ਕਰ ਦਿੰਦਾ ਜੀ ਤਾਂ ਉਹਦੀ ਬੱਲੇ ਬੱਲੇ ਹੋਰ ਹੋ ਸਕਦੀ ਸੀਗੀ। ਦੇਖੋ ਬਿਲਕੁਲ ਜੀ ਉਹਨੂੰ ਉੱਥੇ ਪੰਜਾਬ ਵਿੱਚ ਕਿਸੇ ਨੇ ਮੂੰਹ ਨਹੀਂ ਲਾਇਆ, ਇਹਨੇ ਫੇਰ ਵੀ ਪੰਜਾਬੀਆਂ ਦਾ ਭਲਾ ਸੋਚਿਆ ਬਿਲਕੁਲ ਤੇ ਫਿਰ ਇਹਨੇ ਪੈਕੇਜ ਐਲਾਨ ਕਰ ਦਿੱਤਾ, ਪਰ ਹੈ ਨਹੀਂ ਇਹੋ ਕਈ ਕੋਈ ਗੱਲ ਨਹੀਂ। ਜਿਸ ਤਰ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਹੈ, ਸਾਡੇ ਭਰਾ ਢਾਈ ਢਾਈ ਦਾ ਹੱਕ ਆ ਤੋਂ ਜਿਨ੍ਹਾਂ ਵਿੱਚ ਬੰਦੇ ਆ ਉਹਨਾਂ ਦੀ ਰਿਹਾਈ ਦੀ ਗੱਲ, ਇਸ ਤੋਂ ਹੁਣ ਵੀ ਕਰ ਸਕਦਾ ਸੀ ਜਾ ਕੇ ਬਾਅਦ ਜੀ ਦੇ ਜੀ ਵਿੱਚ, ਪਰ ਉਹਨੇ ਅਜਿਹਾ ਨਹੀਂ ਕਰਨਾ ਕਿਉਂਕਿ ਭਾਜਪਾ ਹੋਵੇ ਤੇ ਚਾਹੇ ਕਾਂਗਰਸ ਹੋਵੇ, ਇਹ ਸਿੱਖ ਵਿਰੋਧੀ ਪਾਰਟੀਆਂ ਤੇ ਚਾਹੇ ਬੀਬੀ ਏ ਟੀਮ ਆ ਚਾਹੇ ਬੀ ਟੀਮ ਆ ਚਾਹੇ ਸੀ ਟੀਮ ਝਾੜੂ ਵਾਲੇ ਆ ਗਏ, ਜੀ ਜੀ ਚਾਹੇ ਡੀ ਟੀਮ ਆ ਜਾਂਦੇ ਆ ਜਨ ਆਪਣੇ ਕਾਮਰੇਡ ਆ ਜਾਂਦੇ ਆ ਜਾਂ ਇਹਨਾਂ ਦੇ ਹਮ ਸਫ਼ਰ ਆ ਜਿਹੜੇ ਬਾਦਲ ਕੱਲ ਜੀ ਦਲ ਵਾਲੇ ਰਹੇ ਆ ਪਹਿਲਾਂ, ਭਾਵੇਂ ਹੁਣ ਕਹਿੰਦੇ ਸਾਡਾ ਨਾਤਾ ਟੁੱਟ ਗਿਆ ਜੀ ਜੀ ਪਰ ਤੋੜਿਆ ਜਾਂ ਨਹੀਂ ਤੋੜਿਆ ਤਾਂ ਉਹ ਜਾਣਦੇ ਆ, ਪਰ ਇਹ ਸਾਰੀਆਂ ਜਿੰਨੀਆਂ ਸਿਆਸੀ ਪਾਰਟੀਆਂ ਆ ਇਹਨਾਂ ਦਾ ਇੱਕੋ ਇੱਕ ਨਿਸ਼ਾਨਾ ਆ ਕਿ ਪੰਜਾਬ ਹੋਵੇ ਜਾਂ ਕੇਂਦਰ ਹੋਵੇ ਜੀ ਉੱਥੇ ਆਪਣੀ ਹਕੂਮਤ ਕਾਇਮ ਕਰਨਾ, ਬਿਲਕੁਲ ਹੋਰ ਕੋਈ ਡੱਲੀਵਾਲ ਇੱਦਾਂ ਦਾ ਨਿਸ਼ਾਨਾ ਨਹੀਂ ਗਾ ਜੀ 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 ਜੇ। ਇਸ ਕਰਕੇ ਜਿੰਨੀਆਂ ਵੀ ਸਿਆਸੀ ਧਿਰਾਂ ਆ ਇਹ ਕਦੀ ਵੀ ਸਿੱਖਾਂ ਦੀਆਂ ਖਾਸ ਕਰਕੇ ਘੱਟ ਗਿਣਤੀਆਂ ਦੀ ਕਦੀ ਵੀ ਇਹ ਮਿੱਤ ਨਹੀਂ ਰਹੀਆਂ, ਇਹਨੇ ਉਲੰਘ ਚਿਹਰ ਗੱਲਾਂ ਕਰਨੀਆਂ ਹੁੰਦੀਆਂ ਜਿੰਨਾ ਚਿਰ ਇਹਨਾਂ ਨੂੰ ਵੋਟਾਂ ਦੀ ਲੋੜ ਹੁੰਦੀ ਆ। ਜਿਹੜੀ ਗੱਲ ਆਪਾਂ ਇੰਦਰ ਕੁਮਾਰ ਗੁਜਰਾਲ ਦੇ ਫੁਕਤੇ ਬਾਅਦ ਨਹੀਂ ਕਰਦੇ ਆ, ਹਾਂਜੀ ਉਹ ਲੋਕੀ ਜਿਹੜਾ ਜਿਹੜੀ ਪੁਰਾਣੀ ਗੱਲ ਆ ਉਹਨੂੰ ਭੁੱਲ ਜਾਂਦੇ ਆ ਤੇ ਨਵੀਂ ਨੂੰ ਫੜ ਲੈਂਦੇ ਆ, ਜੀ ਨਵੇਂ ਇਤਿਹਾਸ ਰੱਖ ਲੈਂਦੇ ਆ ਵੀ ਸ਼ਾਇਦ ਆਹ ਉਹਨਾਂ ਤੋਂ ਸ਼ਾਇਦ ਚੰਗੀ ਗੱਲ ਕਰ ਜਾਵੇ, ਪਰ ਅਜਿਹਾ ਹੁੰਦਾ ਨਹੀਂ ਕਿਉਂਕਿ ਇਹਨਾਂ ਦਾ ਜਿਹੜਾ ਸੁਭਾਅ ਆ ਸਿਆਸੀ ਪੱਤਾਂ ਦਾ ਸਾਰੇ ਦਾ ਇੱਕ ਬਰਾਬਰ ਹੁੰਦਾ। ਬਿਲਕੁਲ ਜੀ, ਇਹਨੇ ਲੋੜ ਵੇਲੇ ਤਾਂ ਸੰਤ ਜਰਨੈਲ ਸਿੰਘ ਜੀ ਖਾਲਸਾ ਭੱਠਾ ਵਾਲੇ ਦੇ ਬਚਨਾਂ ਅਨੁਸਾਰ ਇਹਨਾਂ ਦਾ ਲੋੜ ਵੇਲੇ ਤਾਂ ਗਧੇ ਨੂੰ ਬਾਪੂ ਬਣਾ ਲੈਣਾ ਹੁੰਦਾ, ਬਿਲਕੁਲ ਤੇ ਜਦੋਂ ਲੋੜ ਪੂਰੀ ਹੋ ਜਾਵੇ ਤੇ ਫਿਰ ਇਹਨਾਂ ਵਾਸਤੇ ਬਾਪੂ ਵੀ ਗਧਾ ਬਣ ਜਾਂਦਾ, ਕਿਉਂਕਿ ਇਹਨਾਂ ਦਾ ਇਸ ਗੱਲ ਦੀ ਪ੍ਰਤੱਖ ਮਿਸਾਲ ਆ ਕਿ ਜਿਹੜਾ ਇਹਨਾਂ ਨੂੰ ਰਾਜ ਭਾਗ ਪ੍ਰਾਪਤ ਹੋਇਆ ਆ ਭਾਰਤ ਦਾ, ਜੀ ਸੋ ਇਹਨਾਂ ਨੂੰ ਇਹ ਰਾਜ ਭਾਗ ਸਿੱਖਾਂ ਦੀਆਂ 90% ਤੋਂ ਵੱਧ ਕੁਰਬਾਨੀਆਂ ਦੇ ਨਾਲ ਪ੍ਰਾਪਤ ਹੋਇਆ, ਬਿਲਕੁਲ ਤੇ ਇਹਨਾਂ ਦਾ ਇਹ ਜ਼ੋਰ ਲੱਗਾ ਕਿਸੇ ਤਰ੍ਹਾਂ ਸਿੱਖਾਂ ਨੂੰ ਪੂਰੀ ਤਰ੍ਹਾਂ ਜਿਹੜਾ ਦਬਾਇਆ ਜਾਵੇ। ਬਿਲਕੁਲ ਜੀ ਡੱਲੇਵਾਲ ਸਾਹਿਬ, ਇੱਥੇ ਵਿੱਚ ਮੈਂ ਇੱਕ ਹੋਰ ਗੱਲ ਕਰਨੀ ਚਾਹੁੰਦਾ ਹਾਂ ਕਿ ਜਿਸ ਤਰ੍ਹਾਂ ਅੱਜ ਪੂਰੇ ਪੰਜਾਬ ਦੇ ਵਿੱਚ ਕੀ ਪੂਰੀ ਦੁਨੀਆ ਦੇ ਵਿੱਚ ਇਹ ਗੱਲ ਕਹੀ ਜਾ ਰਹੀ ਆ ਅਤੇ ਕੁਛ ਕਿਸਾਨ ਨੇਤਾ ਵੀ, ਕਿਸਾਨਾਂ ਦੇ ਨਾਲ ਸੰਬੰਧਿਤ ਕਿਸਾਨ ਪਾਰਟੀਆਂ ਵੀ ਜਿਹੜੀਆਂ ਆ ਉਹ ਇਹ ਗੱਲ ਕਰ ਰਹੀਆਂ ਨੇ ਲੋਕਾਂ ਦੇ ਵਿੱਚ ਜਾ ਕੇ ਕਿ ਵੇਖੋ ਜੀ ਅਸੀਂ ਗਏ ਸੀ ਅਤੇ ਅਸੀਂ ਨਰਿੰਦਰ ਮੋਦੀ ਨੂੰ ਇੱਥੇ ਵੜਨ ਨਹੀਂ ਦਿੱਤਾ, ਉਹਨੂੰ ਬੋਲਣ ਦਾ ਅਧਿਕਾਰ ਨਹੀਂ ਦਿੱਤਾ, ਅਸੀਂ ਉਹਨੂੰ ਇੱਥੋਂ ਭਜਾ ਦਿੱਤਾ ਆ, ਕੀ ਇਹ ਕਿਸੇ ਤਰੀਕੇ ਨਾਲ ਉਹਦੇ ਹੱਕ ਖੋਹਣ ਦੀ ਗੱਲ ਨਹੀਂ ਹੈਗੀ, ਕਿ ਇਹ ਤਾਨਾਸ਼ਾਹੀ ਵਾਲਾ ਵਤੀਰਾ ਨਹੀਂ ਹੈਗਾ। ਤੇ ਹੱਕ ਖੋਣ ਦੀ ਗੱਲ ਕਰੀਏ, ਨਰਿੰਦਰ ਮੋਦੀ ਦੇ ਦੀਆਂ ਬਰੂਹਾਂ ਤੋਂ ਜਾ ਕੇ ਦਿੱਲੀ ਤੋਂ ਦੇ ਵਸੀਨੇ ਤੋਂ ਜਾ ਕੇ ਜੀ ਪੰਜਾਬ ਦੀ ਬਲਕਿ ਸਾਰੇ ਭਾਰਤ ਦੇ ਜਾਂ ਸਟੇਟਾਂ ਦੇ ਕਿਸਾਨ ਬੈਠੇ ਰਹੇ ਆ ਇੱਕ ਸਾਲ ਦੇ ਕਰੀਬ, ਬਿਲਕੁਲ ਉਹਨੇ ਤਾਂ ਉਹਨਾਂ ਨੂੰ ਇੱਕ ਵਾਰੀ ਵੀ ਮੀਟਿੰਗ ਕਰਨ ਲਈ ਆਪਣੇ ਨਾਲ ਨਹੀਂ ਸੱਦਿਆ, ਜੀ ਉਹਨਾਂ ਨੂੰ ਦਿੱਲੀ ਚ ਵੜਨ ਨਹੀਂ ਦਿੱਤਾ, ਉਹਨਾਂ ਨੂੰ ਸਿੱਧੇ ਲਹਿਜਾ ਵਿੱਚ, ਬਿਲਕੁਲ ਤੇ ਇਹਨਾਂ ਨੇ ਪੰਜਾਬ ਹੀ ਨਹੀਂ ਵੜਨ ਦਿੱਤਾ, ਗੱਲ ਚ ਬਰਾਬਰ ਇਹ ਚ ਕੋਈ ਤਾਨਾਸ਼ਾਹੀ ਗੱਲ ਨਹੀਂ ਹੈਗੀ, ਇਹ ਤਾਂ ਜਿਹੋ ਜਿਹਾ ਬੀਜਣਾ ਉਹੋ ਜਿਹਾ ਵੱਢਣਾ ਪੈਂਦਾ ਹੁੰਦਾ ਕਿ ਨਰਿੰਦਰ ਮੋਦੀ ਨੇ ਕਿਸਾਨਾਂ ਨੂੰ ਦਰਕਿਨਾਰ ਕੀਤਾ ਸੀ। ਵੈਸੇ ਮੈਂ ਜਿਹੜੀਆਂ ਕਾਮਰੇਡ ਜਥੇਬੰਦੀਆਂ ਮੈਂ ਉਹਨਾਂ ਦੇ ਬਿਲਕੁਲ ਠੋਕ ਕੇ ਉਹਨਾਂ ਦਾ ਵਿਰੋਧੀ ਆ, ਬਿਲਕੁਲ ਉਹ ਸਾਡੇ ਭਰਾਵਾਂ ਦੇ ਕਾਤਲ ਆ, ਜਿਸ ਤਰ੍ਹਾਂ ਕੁਲਵੰਤ ਸੰਧੂ ਆ ਜਿਹਨੂੰ ਕਾਂਤੀ ਕਹਿੰਦੇ ਆ, ਜੀ ਜੀ ਉਹਦਾ ਨਿਕਨੇਮ ਆ ਸਾਡੇ ਸਾਡਾ ਗੁਆਂਢੀ ਵੀ ਹੋਵੇ, ਜੀ ਉਹ ਜਿਹੜੇ ਲੋਕ ਆ ਜਿਹੜੇ ਉਹ ਪੂਰੇ ਪੁਲਿਸ ਦੇ ਟੋਟ ਰਹੇ ਆ, ਉਹਨੇ ਸਿੱਖ ਨੌਜਵਾਨਾਂ ਨੂੰ ਸ਼ਹੀਦ ਕਰਾਇਆ ਔਰ ਮੇਰੇ ਸਾਥੀ ਉਹਨਾਂ ਦਾ ਸ਼ਹੀਦ ਕਰਾਇਆ ਉਸ ਬੰਦੇ ਨੇ, ਬਿਲਕੁਲ ਸੋ ਇਹੋ ਜਿਹੇ ਬੰਦੇ ਵੀ ਉਹਨਾਂ ਵਿੱਚ ਬੈਠੇ ਆ। ਪਰ ਜਿੱਥੇ ਅਸੀਂ ਕਿਸਾਨਾਂ ਦੀ ਗੱਲ ਕਰਦੇ ਹਾਂ ਉੱਥੇ ਅਸੀਂ ਜਿਹੜੇ ਆਮ ਵਰਕਰ ਆ ਕਿਸਾਨ ਆ ਸਾਡੇ ਭਰਾ, ਅਸੀਂ ਉਹਨਾਂ ਦੇ ਨਾਲ ਸੀ ਨਾਲ ਆ ਨਾਲ ਰਹਾਂਗੇ। ਜੇ ਇਸ ਨਰਿੰਦਰ ਮੋਦੀ ਨੇ ਉਹਨਾਂ ਕਿਸਾਨਾਂ ਨੂੰ ਦਰਕਿਨਾਰ ਕੀਤਾ ਜੀ, ਇੱਕ ਸਾਲ ਉਹਨਾਂ ਦੀ ਬਾਤ ਨਹੀਂ ਪੁੱਛੀ ਆਣ ਕੇ ਉਹ ਇਹਨਾਂ ਦੇ ਵਸੀਮੇ ਤੇ ਜਾ ਕੇ ਬੈਠੇ ਰਹੇ, ਸੋ ਹੁਣ ਇਹ ਆਇਆ
ਇਹਦੇ ਨਾਲ ਜੋ ਇਹ ਭਾਰਾ ਵਾਪਰ ਗਿਆ, ਗੱਲ ਤੇ ਬਰਾਬਰ ਹੀ ਹੈ ਨਾ, ਇਹਦੇ ਵਿੱਚ ਬਰਾਬਰ। ਨਸ਼ੇ ਵਾਲੀ ਗੱਲ ਨਹੀਂ। ਹਾਂ ਡੱਲੇਵਾਲ ਸਾਹਿਬ, ਤੁਹਾਡਾ ਕਹਿਣ ਦਾ ਮਤਲਬ ਹੈ ਕਿ ਹਾਂਜੀ ਕੰਮ ਜਿਹੜਾ ਆ ਜੋ ਵੀ ਹੋਇਆ ਆ, ਜੇ ਉਹਨੇ ਦਿੱਲੀ ਦੇ ਵਿੱਚ ਕਿਸਾਨਾਂ ਦੇ ਨਾਲ ਗੱਲ ਨਹੀਂ ਸੁਣੀ ਤੇ ਇੱਥੇ ਕਿਸਾਨਾਂ ਨੇ ਨਹੀਂ ਗੱਲ ਕਰਨ ਇਹਨੂੰ ਕਰਨ ਦਿੱਤਾ ਤੇ ਕੰਮ ਬਰਾਬਰ ਹੋ ਗਿਆ। ਪਰ ਇੱਕ ਛੋਟਾ ਜਿਹਾ ਇੱਕ ਹੋਰ ਡੱਲੇਵਾਲ ਸਾਹਿਬ ਮੰਗ ਕਰਦੀ ਹੈ ਇਸ ਗੱਲ ਨੂੰ ਕਿ ਜਦੋਂ ਨਰਿੰਦਰ ਮੋਦੀ ਦਾ ਜਿਹੜਾ ਪ੍ਰੋਗਰਾਮ ਸੀਗਾ ਉਹਨੂੰ ਪ੍ਰੋਗਰਾਮ ਜਿਹੜਾ ਆ ਗ੍ਰਹਿ ਵਿਭਾਗ ਉਹ ਬਣਾਉਂਦਾ ਆ ਤੇ ਗ੍ਰਹਿ ਵਿਭਾਗ ਨੇ ਜਦੋਂ ਇਹਨੂੰ ਲੈ ਕੇ ਆਉਂਦਾ ਆ ਤੇ ਜਦੋਂ ਬਾਏ ਰੋਡ ਲੈ ਕੇ ਆਏ ਆ ਤੇ ਕਿਸਾਨਾਂ ਨੂੰ ਉਸ ਗੱਲ ਦਾ ਕਿਸ ਤਰ੍ਹਾਂ ਪਤਾ ਲੱਗ ਗਿਆ ਕਿ ਇਹ ਇੱਕ ਮੰਗ ਨਹੀਂ ਕਰਦਾ ਕਿ ਇਹ ਗੱਲ ਜਿਹੜੀ ਲੀਕੇਜ ਹੋਈ ਆ ਕਿ ਉਹ ਕਿਤੇ ਉਹ ਕਿਸਾਨ ਜਥੇਬੰਦੀਆਂ ਜਾਂ ਜਿਨ੍ਹਾਂ ਨੇ ਉੱਥੇ ਵਿਰੋਧਤਾ ਕੀਤੀ ਉਹ ਕਿਤੇ ਇਹਨਾਂ ਦੇ ਭਾਜਪਾ ਦੇ ਆਪਣੇ ਬੰਦੇ ਹੀ ਨਾ ਹੋਣ? ਜੇ ਉਹ ਵੀ ਹੋ ਸਕਦਾ, ਪਰ ਦੂਜੀ ਗੱਲ ਇਹ ਵੀ ਹੈ ਕਿ ਇਹਦਾ ਜਿਹੜਾ ਹੈਲੀਕਾਪਟਰ ਆ ਉਹ ਰੈਲੀ ਲੱਗ ਗਿਆ, ਕਿਉਂ ਨੀ ਉਤਰਿਆ? ਬਿਲਕੁਲ ਬਿਲਕੁਲ ਉਤਾਰਿਆ ਜਾ ਸਕਦਾ ਜੀ ਸੀ ਜੀ ਜਦੋਂ ਬਾਈ ਰੋਡ ਆਉਣ ਦੀ ਕੀ ਲੋੜ ਪੈ ਜੀ। ਇਸ ਕਰਕੇ ਮੈਨੂੰ ਤਾਂ ਲੱਗਦਾ ਸਾਰਾ ਡਰਾਮਾ ਕੀਤਾ ਨੀ ਜਾਣ ਬੁੱਝ ਕੇ, ਇਹਨੇ ਬਹਾਨਾ ਬਣਾਉਣਾ ਸੀਗਾ ਤੇ ਉਹ ਬਣਾ ਲਿਆ ਵੀ ਅਸੀਂ ਦੇਣਾ ਚਾਹੁੰਦੇ ਸੀ ਪਰ ਪੰਜਾਬੀਆਂ ਨੇ ਜਿੱਥੇ ਪੈਕੇਜ ਤੋਂ ਜਿਹੜਾ ਸਾਡਾ ਪੰਜਾਬ ਹੈ ਕੁਛ ਮੰਨ ਲੈਂਦੇ ਹਾਂ ਕਿ ਪੈਕੇਜ ਦੇ ਉੱਤੋਂ ਵਾਂਝਾ ਰਹਿ ਗਿਆ ਆ, ਉੱਥੇ ਹੁਣ ਨਵੀਆਂ ਕੁਛ ਵੀਡੀਓਜ਼ ਜਿਹੜੀਆਂ ਨੇ ਜਾਂ ਕੁਛ ਇਹੋ ਜਿਹੇ ਸੋਸ਼ਲ ਮੀਡੀਆ ਦੇ ਉੱਤੇ ਡੱਲੇਵਾਲ ਸਾਹਿਬ ਇੱਕ ਗੱਲ ਚੱਲ ਰਹੀ ਆ ਕਿ ਇਹ ਗੱਲ ਕੀਤੀ ਜਾ ਰਹੀ ਆ ਕਿ ਸਿੱਖਾਂ ਨੇ ਜਿਹੜੀ ਆ ਜੋ ਨਰਿੰਦਰ ਮੋਦੀ ਜੀ ਦੇ ਨਾਲ ਕੀਤਾ ਆ ਇਹਨਾਂ ਨੂੰ ਲੱਗਦਾ ਫਿਰ 1984 ਜਿਹੜੀ ਆ ਯਾਦ ਕਰਾਉਣੀ ਪਏਗੀ ਜਾਂ ਸਿੱਖਾਂ ਨੂੰ ਇਹ ਧਮਕੀਆਂ ਦਿੱਤੀਆਂ ਜਾ ਰਹੀਆਂ ਲੰਮੇ ਸਮੇਂ ਤੋਂ ਕਿ ਸਿੱਖਾਂ ਨੂੰ ਜਿਹੜਾ ਆ ਉਹ 84 ਯਾਦ ਰੱਖਣੀ ਚਾਹੀਦੀ ਆ, ਇਹਦੇ ਵਿੱਚ ਤੁਸੀਂ ਕੀ ਦੁਨੀਆਂ ਦੇ ਵਿੱਚ ਰਹਿੰਦੇ ਸਿੱਖਾਂ ਵੱਲੋਂ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ? ਦੇਖੋ ਜੇ 84 ਸਾਨੂੰ ਜਾ ਰਿਹਾ ਉਹ ਭੁੱਲੀ ਨਹੀਂ ਹੈਗੀ ਜੀ, 1984 ਜੂਨ ਦੇ ਵਿੱਚ ਜਿਹੜਾ ਸਿੱਖ ਤਾਰੀਖ ਵਿੱਚ ਘੱਲੂਘਾਰਾ ਵਾਪਰਿਆ ਜਿਸ ਦੌਰਾਨ ਸਾਨੂੰ ਸਦੀਆਂ ਬਾਅਦ ਪ੍ਰਾਪਤ ਹੋਏ ਮਹਾਂਪੁਰਖ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਯੋਗ ਅਤੇ ਸੁਚੱਜੀ ਅਗਵਾਈ ਤੋਂ ਵਾਂਝੇ ਹੋਣਾ ਪਿਆ। ਭਾਈ ਅਮਰੀਕ ਸਿੰਘ ਜੀ ਦੀ ਸ਼ਹਾਦਤ ਹੋਈ, ਜਗਦਰ ਸ਼ਾਹ ਬੇਗ ਸਿੰਘ ਦੀ ਸ਼ਹਾਦਤ ਹੋਈ, ਔਰ ਉੱਥੇ ਅਨੇਕਾਂ ਹੋਰ ਸੂਰਮੇ ਜਿਹੜੇ ਸ਼ਹੀਦ ਹੋਏ ਆ ਸਿੱਖ ਸੰਗਤਾਂ ਸ਼ਹੀਦ ਕੀਤੀਆਂ ਇਹਨਾਂ ਨੇ, ਜਿਹੜਾ ਉਸ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਲਸਾਨੀ ਸ਼ਹਾਦਤ ਦੇ ਨਾਲ ਆਜ਼ਾਦ ਸਿੱਖ ਰਾਜ ਦਾ ਨਿਸ਼ਾਨਾ ਸਿਰਜਿਆ ਗਿਆ ਖਾਲਿਸਤਾਨ ਦਾ, ਉਹ ਸਾਨੂੰ ਯਾਦ ਹੈ, ਯਾਦ ਰਹੇਗਾ, ਔਰ ਉਹਦੇ ਵਾਸਤੇ ਅਸੀਂ ਯਤਨ ਕਰਦੇ ਰਹਾਂਗੇ ਹਰ ਤਰੀਕੇ ਦਾ ਜਿੱਦਾਂ ਵੀ ਸੰਭਵ ਹੋਵੇ, ਜਿਹਦੇ ਵਾਸਤੇ ਸਾਡੇ ਹਜ਼ਾਰਾਂ ਭਰਾ ਸ਼ਹੀਦ ਹੋਏ ਆ। ਬਾਕੀ ਇਹ ਗੱਲਾਂ ਇਹਨਾਂ ਨੂੰ ਧਮਕੀਆਂ ਧੁਮਕੀਆਂ ਦੇਣ ਦੀ ਕੋਈ ਲੋੜ ਨਹੀਂ, ਤਾਂ ਹੀ ਇਹਨਾਂ ਤੋਂ ਆਪਾਂ ਡਰਦੇ ਆ। ਕੋਈ ਵੀ ਸਿੱਖ ਸੰਤ ਭਿੰਡਰਾਂ ਵਾਲੇ ਕਿਹਾ ਕਰਦੇ ਸੀ ਕਿ ਸਿੱਖ ਕੋਈ ਵੀ ਜੀ ਮੌਤ ਤੋਂ ਨਹੀਂ ਡਰਦਾ, ਜਿਹੜਾ ਮੌਤ ਤੋਂ ਡਰਦਾ ਉਹ ਸਿੱਖ ਹੀ ਨਹੀਂ। ਇਹ ਉਹਨਾਂ ਦੇ ਆਖਰੀ ਬੋਲ ਸਨ ਜਿਹੜੇ ਉਹਨਾਂ ਨੇ 2 ਜੂਨ ਵਾਲੇ ਦਿਨ ਪ੍ਰਗਟ ਕੀਤੇ ਸੀ ਸ਼ਾਮ ਨੂੰ, ਪੱਤਰਕਾਰਾਂ ਨਾਲ ਗੱਲਬਾਤ ਕਰ ਰਿਹਾ। ਸੋ ਇਹ ਧਮਕੀਆਂ 84-84 ਵਾਲੀਆਂ ਨਾਲ ਦੇਣ ਦੀ ਸਾਨੂੰ ਲੋੜ ਨਹੀਂ, ਅਸੀਂ ਇਹਨਾਂ ਚੰਗੀ ਤਰ੍ਹਾਂ ਜਾਣਦੇ ਹਾਂ, ਸਾਡੇ ਸਾਰੇ ਭਰਾ ਸਿੱਖ ਭਰਾ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦੇ ਆ, ਔਰ ਹਰੇਕ ਜ਼ੁਲਮ ਦਾ ਟਾਕਰਾ ਕਰਨ ਵਾਸਤੇ ਉਹ ਤਿਆਰ ਹਨ, ਤਿਆਰ ਹੀ ਰਹਿਣਗੇ। ਬਿਲਕੁਲ ਜੀ, ਇੱਥੇ ਮੈਂ ਡੱਲੇਵਾਲ ਸਾਹਿਬ ਇੱਕ ਹੋਰ ਛੋਟਾ ਜਿਹਾ ਸਵਾਲ ਇੱਕ ਹੋਰ ਕੋਈ ਕਰਨਾ ਚਾਹੁੰਦਾ ਹਾਂ, ਸਮੇਂ ਦੀ ਨਜ਼ਾਕਤ ਵੀ ਆ ਕਿ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਜਿਹੜੇ ਸਾਬਕਾ ਮੁੱਖ ਮੰਤਰੀ ਨੇ, ਉਹਨਾਂ ਨੇ ਹੁਣ ਮੰਗ ਕੀਤੀ ਆ ਕਿ ਪੰਜਾਬ ਦੇ ਵਿੱਚ ਜਿਹੜਾ ਰਾਜ ਚੱਲ ਰਿਹਾ ਇਹ ਜੰਗਲ ਵਰਗਾ ਰਾਜ ਆ ਅਤੇ ਇੱਥੇ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਉਹਨਾਂ ਨੇ ਮੰਗ ਕੀਤੀ ਹੈ, ਇੱਥੇ ਤੁਸੀਂ ਕੀ ਕਹਿਣਾ ਚਾਹੋਗੇ? ਜਿਹਦੀ ਗੱਲ ਤੋਂ ਮੈਂ ਪਹਿਲਾਂ ਕਰ ਚੁੱਕਾ ਵੀ ਇਹ ਲੋਕ ਸਿੱਖੀ ਦੇ ਦੁਸ਼ਮਣ ਆ, ਚਾਹੇ ਕੈਪਟਨ ਹੋਵੇ ਤੇ ਚਾਹੇ ਕੋਈ ਹੋਰ ਹੋਵੇ, ਇਹਨਾਂ ਨੇ ਆਪਣੇ ਰਾਜ ਦੇ ਵਿੱਚ ਕਿੰਨੀਆਂ ਕਿੰਨੇ ਥਾਵਾਂ ਤੇ ਗੁਰਬਾਣੀ ਦੀ ਬੇਅਦਬੀ ਹੋਈ ਆ, ਇਹਨਾਂ ਨੇ ਕਿੰਨੇ ਇੱਕ ਦੋਸ਼ੀਆਂ ਨੂੰ ਫੜਿਆ, ਬਲਕਿ ਇਹਨਾਂ ਦੂਜੇ ਪਾਸੇ ਨੇ ਇਹ ਸਹੁੰ ਵੀ ਖਾਧੀ ਸੀ ਦਮਦਮਾ ਸਾਹਿਬ ਵੱਲ ਨੂੰ ਗੁਰਦਾਸ ਸਾਹਿਬ ਕਰਕੇ, ਜਿਵੇਂ ਪੰਜਾਬ ਦੀ ਧਰਤੀ ਤੋਂ ਨਸ਼ਿਆਂ ਦਾ ਵਪਾਰ, ਨਸ਼ਿਆਂ ਦੀ ਵਿਕਰੀ, ਨਸ਼ਿਆਂ ਦਾ ਸਿਵਰ ਬੰਦ ਕਰਾਗਾ, ਉਹ ਕਿੰਨਾ ਕਿਤੇ ਬੰਦ ਕੀਤਾ, ਇਹ ਪਖੰਡੀ ਹੋ ਗਿਆ। ਇਹ ਕੈਪਟਨ ਉਹੀ ਆ ਜਿਸਨੇ 1 ਮਈ 1994 ਵਾਲੇ ਤਹਿਤ ਅੰਮ੍ਰਿਤਸਰ ਐਲਾਨਨਾਮੇ ਤੇ ਦਸਖਤ ਕੀਤੇ ਸੀ, ਔਰ ਛੇਤੀ ਹੀ ਉਸ ਐਲਾਨਨਾਮੇ ਤੋਂ ਭੱਜ ਕੇ ਕਾਂਗਰਸ ਕੋਲ ਜਾ ਵੜਿਆ ਸੀ, ਜਿਹੜਾ ਇਹਨੇ 1984 ਵਿੱਚ ਅਸਤੀਫਾ ਦਿੱਤਾ ਸੀਗਾ। ਸਾਨੂੰ ਤਾਂ ਲੱਗਦਾ ਉਹ ਵੀ ਇਹਨੇ ਬਿਲਕੁਲ ਪਖੰਡ ਕੀਤਾ ਸੀਗਾ ਆਪਣੀ ਸੀਏ ਬਣਾਉਣ ਵਾਸਤੇ, ਕਿਉਂਕਿ ਜਦੋਂ ਇਹਨੇ ਅਸਤੀਫਾ ਦਿੱਤਾ ਉਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ, ਅਸਤੀਫਾ ਦੇਣ ਤੋਂ ਬਾਅਦ ਦਿੱਲੀ ਤੇ ਹੋਰ ਇਹਦੇ ਹਿੰਦੂ ਬਹੁ ਗਿਣਤੀ ਵਾਲੇ ਇਲਾਕਿਆਂ ਵਿੱਚ ਸਿੱਖਾਂ ਦਾ ਕਤਲੇਆਮ ਕੀਤਾ ਗਿਆ, ਪੰਜਾਬ ਦੇ ਚੱਪੇ ਚੱਪੇ ਨੂੰ ਸਿੱਖ ਨੌਜਵਾਨਾਂ ਦੇ ਖੂਨ ਨਾਲ ਰੰਗਿਆ ਗਿਆ ਤੇ ਮੁੜ ਕੇ ਫਿਰ ਉਸੇ ਕਾਂਗਰਸ ਵਿੱਚ ਜਾ ਵੜਿਆ। ਬਿਲਕੁਲ ਪਖੰਡੀ ਬੰਦਾ ਆਇਆ,
ਇਹਨੂੰ ਤਾਂ ਫੋਬੀਆ ਹੋਇਆ ਪਾਕਿਸਤਾਨ ਦਾ, ਹਾਲਾਂਕਿ ਪਾਕਿਸਤਾਨ ਆਪਣੇ ਕੋਲੇ ਰੱਖੇ ਆ, ਰੱਖੀ ਹੋਈ ਆ ਰੂਸਾ ਆਲਮ, ਜੀ ਜੀ ਦੂਜੇ ਪਾਸੇ ਦੋਸ਼ ਪਾਕਿਸਤਾਨ ਦੇ ਨਾਲ ਨਾਲ ਪਾਕਿਸਤਾਨ ਨੇ ਆਹ ਕਰਤਾ, ਪਾਕਿਸਤਾਨ ਨੇ ਉਹ ਭੇਜ ਦਿੱਤਾ, ਜਦ ਕਿ ਸਾਰੀ ਜਸੂਸੀ ਮੈਨੂੰ ਲੱਗਦਾ ਖੁਦ ਕਰ ਰਿਹਾ। ਬਿਲਕੁਲ ਜੀ, ਜਿੱਥੇ ਤੁਸੀਂ ਇਹ ਵੀ ਇੱਕ ਗੱਲ ਕੀਤੀ ਆ ਤੇ ਅੱਜ ਦੀ ਇਸ ਗੱਲ ਦੇ ਵਿੱਚੋਂ ਇਹ ਗੱਲ ਤੁਸੀਂ ਕੱਲ ਜਿਹੜੀ ਸਾਹਮਣੇ ਉੱਭਰ ਕੇ ਆਈ ਆ ਕਿ ਸਿੱਖਾਂ ਦੇ ਨੂੰ ਜੇ ਕਿਸੇ ਨੂੰ ਆਪਣਾ ਹੱਕ ਲੈਣਾ ਤੇ ਉਹਦੇ ਲਈ ਵੱਖਰੇ ਸਿੱਖ ਰਾਜ ਦਾ ਸੰਘਰਸ਼ ਜਿਹੜਾ ਆ ਉਹ ਅੱਗੇ ਚਲਾਉਣਾ ਪਊਗਾ। ਬਿਲਕੁਲ, ਉਹਨਾਂ ਤੋਂ ਬਗੈਰ ਕੋਈ ਸਿੱਖਾਂ ਦਾ ਕੋਈ ਵੀ ਸਥਾਈ ਰੂਪ ਵਿੱਚ ਕੋਈ ਗੁਜ਼ਾਰਾ ਨਹੀਂ ਖਾਲਿਸਤਾਨ ਤੋਂ ਬਗੈਰ, ਖਾਲਿਸਤਾਨ ਹੀ ਸਿੱਖਾਂ ਦੀਆਂ ਸਮੱਸਿਆਵਾਂ ਦਾ ਹੱਲ ਹੈ। ਸੋ ਉਸ ਵਾਸਤੇ ਹਰੇਕ ਸਿੱਖ ਨੂੰ ਇਹ ਮਹਿਸੂਸ ਕਰਨ ਦੀ ਲੋੜ ਆ ਕਿ ਅਸੀਂ ਭਾਰਤ ਦੇ ਵਿੱਚ ਗੁਲਾਮ ਆ, ਵਿਦੇਸ਼ਾਂ ਵਿੱਚ ਵਸਦੇ ਸਿੱਖਾਂ ਨੂੰ ਇਹ ਮਹਿਸੂਸ ਕਰਨ ਦੀ ਲੋੜ ਹੈ ਕਿ ਸਾਡੇ ਭਰਾ ਪੰਜਾਬ ਦੇ ਵਿੱਚ ਭਾਰਤ ਦੇ ਗੁਲਾਮ ਆ ਤੇ ਉਹਨਾਂ ਨੂੰ ਅਸੀਂ ਆਜ਼ਾਦ ਕਰਾਉਣ ਲਈ ਉਹਨਾਂ ਦਾ ਸਾਥ ਦੇਣਾ, ਜੇ ਕਿਸੇ ਨੂੰ ਆਰਥਿਕ ਤੌਰ ਤੇ ਲੋੜ ਆ ਉਹਨਾਂ ਦੀ ਮਦਦ ਕਰਨੀ ਚਾਹੀਦੀ ਆ, ਵਿਦੇਸ਼ਾਂ ਵਿੱਚੋਂ ਡੱਟ ਕੇ ਕਰਨੀ ਚਾਹੀਦੀ ਆ ਤਾਂ ਕਿ ਉਹ ਤਕੜੇ ਹੋ ਕੇ ਜੋ ਬ੍ਰਾਹਮਣਵਾਦ ਦੇ ਜੂਏ ਵਿੱਚ ਪਸ ਰਹੀ ਸਾਡੀ ਕੌਮ ਪੰਜਾਬ ਦੇ ਵਿੱਚ ਉਹ ਆਜ਼ਾਦ ਹੋ ਸਕੇ ਅਤੇ ਆਜ਼ਾਦੀ ਦੇ ਨਾਲ ਆਪਾਂ ਜ਼ਿੰਦਗੀ ਨੂੰ ਬਸਰ ਕਰ ਸਕੇ ਜੀ। ਬਸ ਜੀ, ਲਾਸਟ ਦੇ ਵਿੱਚ ਮੈਂ ਇੱਕ ਡੱਲੇਵਾਲ ਸਾਹਿਬ ਹੋਰ ਸਵਾਲ ਪੁੱਛਣਾ ਚਾਹੁੰਦਾ ਹਾਂ ਕਿ ਪਿਛਲੇ ਸਮੇਂ ਦੇ ਵਿੱਚ ਸਰਬੱਤ ਖਾਲਸਾ ਬੁਲਾਇਆ ਗਿਆ ਸੀਗਾ ਤੇ ਬਹੁ ਗਿਣਤੀ ਸਿੱਖਾਂ ਨੇ ਸਰਬੱਤ ਖਾਲਸੇ ਦੇ ਹੱਕ ਦੇ ਵਿੱਚ ਆਪਣੇ ਆਪ ਨੂੰ ਲੈ ਕੇ ਆਏ ਸੀ, ਪਰ ਅੱਜ ਇੱਥੇ ਹਾਲਾਤ ਇਹ ਬਣ ਚੁੱਕੇ ਆ ਕਿ ਸਰਬੱਤ ਖਾਲਸਾ ਦੇ ਕੁਛ ਆਪਣੇ ਆਪ ਨੂੰ ਉਹਦੇ ਮੁੱਖ ਅਖਵਾਉਂਦੇ ਹੋਏ ਲੀਡਰ ਜਿਹੜੇ ਅੱਜ ਭਾਜਪਾ ਦੇ ਗੁਣ ਜਿਹੜੇ ਉਹ ਗਾ ਰਹੇ ਆ ਉਹਦੇ ਹੱਕ ਦੇ ਵਿੱਚ ਖੜੇ ਆ, ਉਸ ਸਮੇਂ ਉੱਤੇ ਆ ਕੇ ਮੈਂ ਇਹ ਪੁੱਛਣਾ ਚਾਹੂੰਗਾ ਕਿ ਜਨਰਲ ਲਾਭ ਸਿੰਘ ਨੇ ਬਹੁਤ ਸਾਲ ਪਹਿਲਾਂ ਹੀ ਭਵਿੱਖਬਾਣੀ ਕਰ ਦਿੱਤੀ ਸੀ ਜੀ, ਇਹ ਬੰਦੇ ਇੰਨੇ ਔਕਾਤ ਵਾਲੇ ਆ। ਬਿਲਕੁਲ, ਉਹ ਕਦੀ ਤਾਂ ਕਾਂਗਰਸ ਦੇ ਹੱਥ ਠੋਕੇ ਨਾਲ ਮਿਲਦੇ ਆ ਕਿਸਾਨੇ ਆ ਰਹੇ ਵਰਗਿਆਂ ਦੇ ਨਾਲ ਜੀ, ਹੁਣ ਭਾਜਪਾ ਦੇ ਹੱਥ ਠੋਕੇ ਬਣ ਰਹੇ ਆ ਜੀ। ਜਦੋਂ ਸਰਬੱਤ 1986 ਦੇ ਵਿੱਚ ਹੋਇਆ ਉਦੋਂ ਵੀ ਸਟੇਟ ਸੈਕਟਰੀ ਸੀ, ਉਦੋਂ ਵੀ ਉੱਤੇ ਇਹ ਬਕਾਇਦਾ ਐਲਾਨ ਕੀਤਾ ਗਿਆ ਸੀ ਕਿ ਜੇ ਭਾਈ ਸਤਵੰਤ ਸਿੰਘ ਦੇ ਭਾਈ ਕੀਰ ਸਿੰਘ ਨੂੰ ਫਾਂਸੀ ਆਉਂਦੀ ਆ ਉਹ ਖਾਲਿਸਤਾਨ ਦੇ ਸ਼ਹੀਦ ਅਖਵਾਉਣਗੇ। ਬਿਲਕੁਲ, ਹੁਣ ਕਹਿੰਦੇ ਆ ਕਿ ਸਾਡਾ ਖਾਲਿਸਤਾਨ ਦਾ ਨਿਸ਼ਾਨਾ ਹੀ ਨਹੀਂ। ਬਿਲਕੁਲ ਬਿਲਕੁਲ, ਤੁਸੀਂ ਆਪ ਜਾਣਦੇ 5 ਮੈਂਬਰੀ ਪੰਥਕ ਕਮੇਟੀ ਦਾ ਮੈਂਬਰ ਜਿਹਨੇ ਖੁਦ ਖਾਲਿਸਤਾਨ ਦਾ ਐਲਾਨ ਕੀਤਾ, ਉਹ ਸ਼ਰਦੀਆਂ ਟੀਵੀ ਦੇ ਮੂਹਰੇ ਕਹਿ ਰਿਹਾ ਕਿ ਸਾਡੀ ਪਾਰਟੀ ਦਾ ਨਿਸ਼ਾਨਾ ਖਾਲਿਸਤਾਨ ਨਹੀਂ, ਜੇ ਨਹੀਂ ਖਾਲਿਸਤਾਨ ਦਾ ਨਿਸ਼ਾਨਾ ਤਾਂ ਹਜ਼ਾਰਾਂ ਮਾਵਾਂ ਦੇ ਪੁੱਤ ਕਿਉਂ ਮਰਵਾਈ ਇਹਦੀ ਖਾਤਰ। ਸਰ ਬਹੁਤ ਵੱਡਾ ਸਵਾਲ ਹੈ। ਹਾਂ, ਮੈਂ ਇਸੇ ਹੀ ਸਵਾਲ ਨੂੰ ਅੱਗੇ ਤੋਰ ਰਿਹਾ ਸੀਗਾ ਕਿ ਫਿਰ ਅਸੀਂ ਕਿ ਜਦੋਂ ਜਿਹੜੀਆਂ ਮੇਨ ਧਿਰਾਂ ਜਿੰਨੀਆਂ ਵੀ ਸੀਗੀਆਂ ਜਿਹੜੀਆਂ ਖਾਲਿਸਤਾਨ ਦੀਆਂ ਗੱਲ ਕਰਨ ਵਾਲੀਆਂ ਧਿਰਾਂ ਸੀਗੀਆਂ, ਵੱਖਰੇ ਸਿੱਖ ਰਾਜ ਦੀ ਗੱਲ ਕਰਨ ਵਾਲੀਆਂ ਧਿਰਾਂ ਸੀਗੀਆਂ, ਉਹਨਾਂ ਦੇ ਚੋਂ ਬਹੁ ਗਿਣਤੀ ਲੋਕ ਜਿਹੜੇ ਆ ਜਾਂ ਕਾਂਗਰਸ 'ਚ ਚਲੇ ਗਏ ਜਾਂ ਅਕਾਲੀ ਦਲ ਦੇ ਨਾਲ ਚਲੇ ਗਏ, ਜਿਹੜੇ ਕੁਛ ਬਚੇ ਆ ਉਹ BJP ਦਾ ਗੁਣ ਗਾਇਨ ਕਰ ਰਹੇ ਨੇ, ਤੇ ਫਿਰ ਵੱਖਰੇ ਸਿੱਖ ਰਾਜ ਦੀ ਗੱਲ ਕਿਸ ਤਰੀਕੇ ਦੇ ਨਾਲ ਡੱਲੇਵਾਲ ਸਾਹਿਬ ਤੋਰੀ ਜਾ ਸਕਦੀ? ਫਿਰ ਅਸੀਂ ਕਿਸ ਤਰ੍ਹਾਂ ਕਹਾਂਗੇ ਕਿ ਪੰਜਾਬ ਦੇ ਵਿੱਚ ਅਸੀਂ ਵੱਖਰਾ ਸਿੱਖ ਰਾਜ ਸਥਾਪਿਤ ਕਰ ਸਕਦੇ ਹਾਂ? ਉਹਦੇ ਵਾਸਤੇ ਜ਼ਰੂਰੀ ਆ ਕਿ ਭਾਈ ਸੁਰਿੰਦਰਪਾਲ ਸਿੰਘ ਜੀ, ਖਾਲਿਸਤਾਨੀ ਅਖਵਾਉਣ ਦੀ ਬਜਾਏ ਖਾਲਿਸਤਾਨੀ ਬਣਨ ਦੀ ਲੋੜ ਆ, ਖਾਲਿਸਤਾਨੀ ਹੋਣ ਦੀ ਲੋੜ ਆ। ਖਾਲਿਸਤਾਨੀ ਅਖਵਾਇਆ ਸੀ ਜਫਰਵਾਲ ਨੇ ਜੀ, ਅੱਜ ਉਹ ਹਾਲਤ ਕਿੱਥੇ ਆ? ਖਾਲਿਸਤਾਨੀ ਹੋਈ ਸੀ ਬਾਬਾ ਗੁਰਭਜਨ ਸਿੰਘ ਮਾਨੋ ਚਾਲ, ਖਾਲਿਸਤਾਨੀ ਹੋਈ ਸੀ ਭਾਈ ਗੁਰਦੇਵ ਸਿੰਘ ਅਸਮਾਨ ਵਾਲਾ, ਉਹਨੇ ਖਾਲਿਸਤਾਨ ਦਾ ਐਲਾਨ ਵੀ ਕੀਤਾ, ਖਾਲਿਸਤਾਨ ਲਈ ਜੂਝ ਕੇ ਸ਼ਹੀਦ ਵੀ ਹੋਏ। ਸੋ ਇਸੇ ਤਰ੍ਹਾਂ ਹੀ ਭਾਈ ਗੁਰਦੇਵ ਸਿੰਘ ਜੀ, ਕੌਂਕੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਜਿਹਨਾਂ ਨੇ ਕਦੀ ਖਾਲਿਸਤਾਨ ਦਾ ਨਾਰਾ ਨੀ ਲਾਇਆ, ਲੋਕਾਂ ਨੂੰ ਇਹ ਨੀ ਕਿਹਾ ਖਾਲਿਸਤਾਨੀ ਤੋਂ ਲੜੋ ਮਰੋ ਖਾਲਿਸਤਾਨ ਵਾਸਤੇ, ਬਲਕਿ ਉਹਨਾਂ ਦਾ ਹਰ ਕਦਮ ਹਰ ਉਹਨਾਂ ਦਾ ਸਾਹ ਖਾਲਿਸਤਾਨ ਵੱਲ ਨੂੰ ਸਿਹਤ ਸੀਗਾ, ਪਰ ਖਾਲਿਸਤਾਨ ਦੀ ਲੜਾਈ ਲੜਨ ਵਾਲਿਆਂ ਨੂੰ ਆਪਣੇ ਪਿੱਤਰਾਂ ਵਾਂਗ ਪਿਆਰ ਕਰਦੇ ਸੀ। ਸੋ ਇਸੇ ਕਰਕੇ ਹੀ ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਸਵਰਨੇ ਘੋਟ ਨੇ ਇਹਨਾਂ ਦੁਸ਼ਟ ਹੈ ਕਿ ਇਹ ਬੰਦਾ ਖਾਲਿਸਤਾਨ ਦੇ ਨਿਸ਼ਾਨੇ ਵੱਲ ਵੱਧ ਰਿਹਾ, ਲੋਕਾਂ ਨੂੰ ਭੜਾ ਰਿਹਾ, ਪਰ ਖਾਲਿਸਤਾਨੀ ਕਹਿੰਦਾ ਨੀ ਗਾ। ਸੋ ਉਹੋ ਜਿਹਾ ਖਾਲਿਸਤਾਨੀ ਬਣਨ ਦੀ ਲੋੜ ਆ ਕਿ ਅਸੀਂ ਅੰਦਰੋਂ ਖਾਲਿਸਤਾਨੀ ਹੋਈਏ, ਖਾਲਿਸਤਾਨ ਲਈ ਕੰਮ ਵੀ ਕਰੀਏ ਜੀ, ਪਰ ਖਾਲਿਸਤਾਨ ਹੋਣਾ ਦਿਖਾਵਾ ਕੇਵਲ ਨਾ ਕਰੇ ਜਿਹੜਾ, ਬਲਕਿ ਦੋਨੇ ਚੀਜ਼ਾਂ ਹੋਣੀਆਂ ਚਾਹੀਦੀਆਂ ਤੇ ਕੇਵਲ ਦਿਖਾਵਾ ਆ, ਤੇ ਉਹ ਫਿਰ ਹਾਲਤ ਉਹਨਾਂ ਦੀ ਇਹੋ ਜਿਹੀ ਹੋਣੀ ਆ ਜਿਹੜਾ ਇਹੋ ਜਿਹੀ ਆਪਾਂ ਲੋਕਾਂ ਦੀ ਇਹਨਾਂ ਦੀ ਦੇਖ ਸਕਦੇ ਹਾਂ। ਬਸ ਲਾਸਟ ਦੇ ਵਿੱਚ ਇੱਕ ਡਲਵੇ ਸਾਹਿਬ ਤੁਹਾਡੇ ਕੋਲ ਲਾਸਟ ਦਾ ਇੱਕ ਸਵਾਲ ਆ ਕਿ ਅੱਜ ਜਿਸ ਤਰ੍ਹਾਂ ਦਾ ਮਾਹੌਲ ਪੰਜਾਬ ਦੇ ਵਿੱਚ ਬਣ ਚੁੱਕਾ ਆ ਰਾਜਨੀਤੀ ਨੂੰ ਲੈ ਕੇ, ਤੇ ਉਸ ਸਮੇਂ ਦੇ ਉੱਤੇ ਤੁਸੀਂ ਪੰਜਾਬ ਦਿਆਂ ਸਿੱਖਾਂ ਨੂੰ, ਪੰਜਾਬ ਦੇ ਰਹਿਣ ਵਾਲੇ ਲੋਕਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ?
ਪੰਜਾਬ ਦੇ ਲੋਕਾਂ ਨੂੰ ਬਲਕਿ ਮੈਂ ਸਿੱਖਾਂ ਨੂੰ ਇਹ ਬੇਨਤੀ ਕਰ ਸਕਦਾ ਹੈ ਕਿ ਆਪਣੇ ਸਿੱਖ ਭਰਾ ਵਾ ਜਿਹੜੇ ਪੰਜਾਬ ਦੇ ਵਿੱਚ ਰਹਿੰਦੇ ਆ ਜੀ ਕਿ ਉਹ ਵੱਧ ਤੋਂ ਵੱਧ ਅੰਮ੍ਰਿਤਧਾਰੀ ਹੋਣ, ਗੁਰਬਾਣੀ ਪੜ੍ਹਨ, ਸਿਮਰਨ ਕਰਨ ਜੀ ਜੀ ਅਤੇ ਆਪਣੀ ਕੌਮ ਨੂੰ ਆਜ਼ਾਦ ਕਰਾਉਣ ਵਾਸਤੇ, ਕੌਮੀ ਹੱਕਾਂ ਹਿੱਤਾਂ ਦੀ ਪੂਰਤੀ ਵਾਸਤੇ ਉਹ ਹਮੇਸ਼ਾ ਹੀ ਉਸਾਰੂ ਸੋਚ ਰੱਖਣ। ਜਿਸ ਤਰ੍ਹਾਂ ਕਿ ਸ਼ਮਸ਼ੀਰ ਦਸਤ ਸਾਡਾ ਆਪਣਾ ਪੇਪਰ ਹੁੰਦਾ ਸੀ ਸਿੱਖ ਫੈਡਰੇਸ਼ਨ ਦਾ 1984 ਤੋਂ ਪਹਿਲਾਂ, ਤੇ ਉਹਦੇ ਵਿੱਚ 10 ਕੁ ਪੁਆਇੰਟ ਲਿਖੇ ਹੁੰਦੇ ਸੀ। ਉਹਨਾਂ ਵਿੱਚ ਇੱਕ ਪੁਆਇੰਟ ਇਹ ਹੁੰਦਾ ਸੀ, ਹਰੇਕ ਮਹੀਨੇ ਛਪਦਾ ਹੁੰਦਾ ਸੀ ਉਹ ਪੇਜ, ਉਹਦੇ ਵਿੱਚ ਲਿਖਿਆ ਹੁੰਦਾ ਸੀ ਕਿ ਹਰੇਕ ਸਿੱਖ ਸੌਣ ਤੋਂ ਪਹਿਲਾਂ ਘੱਟ ਤੋਂ ਘੱਟ 10 ਮਿੰਟ ਇਹ ਜ਼ਰੂਰ ਸੋਚੇ ਕਿ ਮੇਰੀ ਕੌਮ ਦਾ ਪ੍ਰਚਾਰ ਅਤੇ ਪ੍ਰਸਾਰ ਕਿਵੇਂ ਹੋ ਸਕਦਾ, ਮੇਰੀ ਕੌਮ ਦੀ ਚੜ੍ਹਦੀ ਕਲਾ ਕਿਵੇਂ ਹੋ ਸਕਦੀ ਆ। ਬਿਲਕੁਲ, ਇਸ ਕਰਕੇ ਜ਼ਰੂਰੀ ਆ ਕਿ ਹਰੇਕ ਸਿੱਖ ਆਪਣੀ ਸੋਚ ਰੱਖੇ, ਕੌਮ ਪ੍ਰਤੀ ਉਸਾਰੂ ਸੋਚ ਰੱਖੇ ਅਤੇ ਉਸ ਨੂੰ ਅਮਲੀ ਜਮਾ ਕਿਵੇਂ ਪਹਿਨਾਉਣਾ, ਕਿਹੜੇ ਤਰੀਕੇ ਨਾਲ ਪਹਿਨਾਉਣਾ, ਇਹ ਉਹਦੇ ਤੇ ਆਪਣੇ ਤੇ ਨਿਰਭਰ ਕਰਦਾ। ਸੋ ਇਸ ਕਰਕੇ ਸੰਤ ਜਰਨੈਲ ਸਿੰਘ ਦੀ ਖਾਲਸਾ ਪਿੰਡਰਾਂ ਵਾਲਿਆਂ ਦੀ ਸੋਚ ਨੂੰ ਮੁੱਖ ਰੱਖਦੇ ਆ, ਉਹਨਾਂ ਨੂੰ ਇਸ ਪ੍ਰਤੀ ਬਿਲਕੁਲ ਜੀ। ਜਿਹੜੀ ਗੱਲ ਹੁਣੇ ਤੁਸੀਂ ਡੱਲੇਵਾਲ ਸਾਹਿਬ ਕਹੀ ਆ ਕਿ ਸਿੱਖ ਕੌਮ ਨੂੰ ਜਿਹੜੇ ਆ ਆਪਣੇ ਕੌਮੀ ਹੱਕਾਂ ਦੀ ਪ੍ਰਾਪਤੀ ਦੇ ਲਈ ਅੱਗੇ ਜਿਹੜਾ ਉਹ ਆਉਣਾ ਚਾਹੀਦਾ ਆ, ਸੋ ਸਾਨੂੰ ਜਿਹੜਾ ਆ ਕਿਸੇ ਤੋਂ ਡਰਨ ਦੀ ਲੋੜ ਨਹੀਂ ਗੀ। ਜਿਹੜੇ ਲੋਕ ਸਾਨੂੰ ਧਮਕੀਆਂ ਦਿੰਦੇ ਆ ਉਹਨਾਂ ਤੋਂ ਧਮਕੀਆਂ ਦੀ ਲੋੜ ਨਹੀਂ ਗੀ। ਆਪਣੇ ਸਿੱਖ ਕੌਮ ਨੂੰ ਆਪਣੇ ਨਿਸ਼ਾਨੇ ਨੂੰ ਅੱਗੇ ਵਧਣ ਲਈ, ਆਪਣੇ ਨਿਸ਼ਾਨੇ 'ਤੇ ਅੱਗੇ ਵਧਣ ਲਈ ਸਾਨੂੰ ਆਪਣੇ ਉਪਰਾਲੇ ਜਿਹੜੇ ਆ ਉਹ ਜਾਰੀ ਰੱਖਣੇ ਚਾਹੀਦੇ ਆ। ਸੋ ਲਵਛਿੰਦਰ ਸਿੰਘ ਜੀ, ਡੱਲੇਵਾਲ ਸਾਹਿਬ, ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਅਕਾਲ ਖਾਲਸਾ ਨਿਊਜ਼ ਨੂੰ ਆਪਣਾ ਕੀਮਤੀ ਸਮਾਂ ਦਿੱਤਾ ਜੀ। ਫਤਿਹ ਅਰਜ਼ ਕਰਦਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।